Oh,
ਟੋਪੀ ਛੱਡ ਦੇ ਦੋ ਲਟਕਾ
ਵਿੱਚ ਪੈ ਕੇ ਬੰਦੀ ਛੋੜ ਆਖ ਵਾਲੀ ਸੀ, ਬੰਦੀ ਵਿੱਚ ਪੈ ਕੇ ਬੰਦੀ ਛੋੜ ਆਖ ਵਾਲੀ ਸੀ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਵਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਮੀਰੀ ਪੀਰੀ ਦੇ ਮਾਲਕ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਰਹੀਆਂ ਗੁਰਸਿੱਖ ਸੰਗਤਾਂ ਢਾਡੀ ਜਿੱਥੇ ਦੀ ਹਾਜ਼ਰੀ ਕਬੂਲੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੈੱਡ ਗ੍ਰੰਥੀ ਸਾਹਿਬਾਨ ਤਕਰੀਬਨ ਮਹਾਰਾਜ ਦਾ ਜੋ ਜੀਵਨ ਸੀ ਉਹਨਾਂ ਉੱਤੇ ਚਾਨਣਾ ਪਾ ਕੇ ਗਏ ਨੇ, ਔਰ ਉਹਨਾਂ ਵਾਰ ਵਾਰ ਇੱਕ ਗੱਲ ਆਖੀ ਹੈ ਵੀ ਢਾਡੀਆਂ ਨੂੰ ਬੜਾ ਮਾਣ ਦਿੱਤਾ ਹੈ, ਢਾਡੀਆਂ ਨੂੰ ਬੜਾ ਮਾਣ ਦਿੱਤਾ ਹੈ ਹਰਗੋਬਿੰਦ ਮਹਾਰਾਜ ਨੇ ਅਕਾਲ ਤਖ਼ਤ ਦੇ ਖੁੱਲ੍ਹੇ ਵਿਹੜੇ ਅੰਦਰ। ਪਰ ਜਦ ਮੈਂ ਕਈ ਵਾਰੀ ਗਿਆ, ਢਾਡੀ ਵਿਚਾਰੇ ਇਕੱਲੇ ਹੀ ਲੱਗੇ ਹੁੰਦੇ ਨੇ ਉੱਥੇ, ਫਿਰ ਮੈਂ ਸੋਚਦਾ ਹਾਂ ਵੀ ਅਕਾਲ ਤਖ਼ਤ ਦੇ ਖੁੱਲ੍ਹੇ ਵਿਹੜੇ ਅੰਦਰ ਕਿੱਥੇ ਸੁਰ ਸਿੰਘ ਤੋਂ ਬੁਲਾ ਕੇ ਭਾਈ ਵਿਧੀ ਚੰਦ ਲੈ ਕੇ ਆਉਂਦਾ,
ਮਹਾਰਾਜ ਦੇ ਮਨ ਦੇ ਵਿੱਚ ਚਾਹ ਸੀ, ਪਰ ਅਸੀਂ ਮੋਬਾਈਲ ਉੱਤੇ ਬਹੁਤ ਕੁਝ ਸੁਣ ਸਕਦੇ ਹਾਂ, ਪਰ ਜੇ ਕਿਤੇ ਟੀਵੀ 'ਚ ਢਾਡੀ ਆ ਜਾਵੇ ਅਗਲਾ ਕਹਿੰਦਾ ਸੁੱਚ ਬੰਦ ਕਰੋ ਚੱਲੀਏ। ਸੋ ਮਹਾਰਾਜ ਨੇ ਮਾਣ ਦਿੱਤਾ, ਨਹੀਂ ਹੁਣ ਨੂੰ ਇਹ ਕਲਾ ਕੱਦੀ ਖਤਮ ਹੋ ਜਾਂਦੀ, ਉਹ ਮਹਾਰਾਜ ਦੀ ਕਿਰਪਾ ਦਾ ਸਦਕਾ ਚੱਲ ਰਹੀ ਹੈ। ਦੂਸਰੀ ਉਹਨਾਂ ਗੱਲ ਕੀਤੀ ਕਿ ਅਕਾਲ ਤਖ਼ਤ ਦੇ ਖੁੱਲ੍ਹੇ ਵਿਹੜੇ ਦੇ ਵਿੱਚ ਕੁਸ਼ਤੀਆਂ ਕਰਾਇਆ ਜਾਂਦੀਆਂ ਸੀ। ਤੁਸੀਂ ਵੇਖੋ ਕੁਝ ਕੁ ਗੇਮਾਂ ਨੇ ਜਿਨ੍ਹਾਂ ਨੂੰ ਓਲੰਪਿਕ ਦੇ ਵਿੱਚ ਸਥਾਨ ਨਹੀਂ ਹੈ, ਉਹ ਗੇਮ ਖੇਡੀ ਵੜੀ ਜਾਂਦੀ ਆ ਪਰ ਓਲੰਪਿਕ ਗੇਮਾਂ ਦੇ ਵਿੱਚ ਉਹਨਾਂ ਦਾ ਸਥਾਨ ਕੋਈ ਨਹੀਂ। ਪਰ ਜਿਹੜੀ ਕੁਸ਼ਤੀਆਂ ਹਨ ਉਹ ਕੋਈ ਇਹੋ ਜਿਹੀ ਖੇਡ ਨਹੀਂ, ਮਿੱਟੀ ਦੀ ਕੁਸ਼ਤੀ ਤੋਂ ਲੈ ਕੇ ਭਾਵੇਂ ਗੱਦਿਆਂ ਤੱਕ, ਔਰ ਉਹ ਵੱਡੀਆਂ ਵੱਡੀਆਂ ਗੇਮਾਂ ਦੇ ਵਿੱਚ ਸ਼ਾਮਲ ਨੇ। ਅੱਜ ਉਸ ਸਮੇਂ ਮਹਾਰਾਜ ਨੇ ਸ਼ੁਰੂ ਕੀਤੀਆਂ, ਕਿਉਂ? ਮਹਾਰਾਜ ਕਹਿੰਦੇ ਕਮਜ਼ੋਰੀ ਵੀ ਇੱਕ ਕੌਮੀ ਗੁਨਾਹ ਹੈ ਜਿਹੜੀ ਕਿਸੇ ਨੂੰ ਮਾਫ਼ ਨਹੀਂ ਕਰਦੀ। ਕਮਜ਼ੋਰ ਹੋਣਾ ਵੀ ਮਹਾਰਾਜ ਕਹਿੰਦੇ ਇੱਕ ਗੁਨਾਹ ਹੈ, ਔਰ ਜਿੱਥੇ ਤੁਹਾਨੂੰ ਸੁਣਨ ਨੂੰ ਉਹ ਸਰੋਤ ਦਿੱਤਾ ਜਿਹਦੇ ਨਾਲ ਤੁਹਾਡਾ ਮਨੋਬਲ ਉੱਚਾ ਹੋ ਸਕੇ ਉੱਥੇ ਤੁਹਾਨੂੰ ਸਰੀਰਕ ਬਲਵਾਨ ਹੋਣ ਲਈ ਵੀ ਆਖ ਦਿੱਤਾ ਮਹਾਰਾਜ ਨੇ। ਕਿਉਂ? ਕਿਉਂਕਿ ਜੇਕਰ ਜ਼ੁਲਮ ਦਾ ਟਾਕਰਾ ਕਰਨਾ ਹੈ, ਹਰ ਜੇਕਰ ਤੁਸੀਂ ਹਕੂਮਤ ਨਾਲ ਟੱਕਰਨਾ, ਫਿਰ ਕਮਜ਼ੋਰ ਵਿਅਕਤੀ ਨਹੀਂ ਟੱਕਰ ਸਕਦਾ। ਔਰ ਜੇਕਰ 18 ਸੇਰ ਦੇ ਖੰਡੇ ਦੀ ਗੱਲ ਕਰਾਂਗੇ, ਕਮਜ਼ੋਰ ਵਿਅਕਤੀ ਕਿੱਥੋਂ ਘੁਮਾ ਦੂਗਾ? ਔਰ ਜਿਹੜੇ ਦੋ ਦੋ ਮੁੰਗਲੀਆਂ ਘੁਮਾਉਂਦੇ ਰਹੇ ਹੁਣ ਤਾਂ ਮੋਢਾ ਨਿਕਲ ਜੂਗਾ ਅੱਜ ਕੱਲ੍ਹ ਦੇ ਵਿਅਕਤੀ ਦਾ। ਹੁਣ ਮਹਾਰਾਜ ਦਾ ਸਿਧਾਂਤ ਦੇਖੋ, ਮਹਾਰਾਜ ਕਹਿੰਦੇ ਕਮਜ਼ੋਰੀ ਵੀ ਇੱਕ ਗੁਨਾਹ ਹੈ। ਹੁਣ ਜੇਕਰ ਕਮਜ਼ੋਰ ਵਿਅਕਤੀ ਲੜ ਨਹੀਂ ਸਕਦਾ ਤਾਂ ਬਲਵਾਨ ਹੋਣ ਲਈ ਖੁਰਾਕ ਵੀ ਖਾਊਗਾ, ਜ਼ਰੂਰੀ ਗੱਲ ਹੈ। ਔਰ ਜ਼ਿਆਦਾ ਖੁਰਾਕ ਖਾਊਗਾ ਫਿਰ ਨਸ਼ਿਆਂ ਵਾਲੇ ਪਾਸੇ ਨੂੰ ਨਹੀਂ ਜਾਊਗਾ, ਨਸ਼ੇ ਵਾਲਾ ਬੰਦਾ ਖੁਰਾਕ ਨਹੀਂ ਖਾਊਗਾ। ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ, ਕਿਉਂਕਿ ਇਹ ਵੀ ਇੱਕ ਨਸ਼ਾ ਨਾ, ਜਿਹੜਾ ਸਰੀਰਕ ਜੁੱਸੇ ਦੇ ਲਈ ਬਲ ਦੇ ਲਈ ਮਿਹਨਤ ਕਰਦਾ ਉਹਨੂੰ ਖੁਰਾਕ ਦਾ ਨਸ਼ਾ ਹੈ। ਔਰ ਜਿਹੜਾ ਨਸ਼ਾ ਕਰਦਾ ਵਿਅਕਤੀ ਉਹ ਤਾਂ ਕਹਿੰਦਾ ਮੇਰੇ ਤੇ ਕੰਬਲ ਦੇ ਦਿਓ, ਹੁਣ ਮੈਨੂੰ ਠੰਡ ਲੱਗਦੀ ਹੈ, ਔਰ ਮੇਰਾ ਮੰਜਾ ਧੁੱਪੇ ਡਾ ਦਵੋ। ਔਰ ਮਹਾਰਾਜ ਨੇ ਸਿੱਧੇ ਤੌਰ ਤੇ ਨਹੀਂ ਕਿਹਾ, ਢੰਗ ਨਾਲ ਕਿਹਾ ਨਾ। ਔਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਢਾਡੀਆਂ ਦੀ, ਵੈਸੇ ਤਾਂ ਚਾਰ ਜੰਗਾਂ ਜਿਹੜੀਆਂ ਮਹਾਰਾਜ ਨੇ ਕੀਤੀਆਂ ਨੇ, ਢਾਡੀਆਂ ਦੀ ਆਦਤ ਹੁੰਦੀ ਹੈ ਜੰਗ ਲਾ ਦਿੰਦੇ ਨੇ, ਆਉਂਦੀ ਸਾਰੇ ਗਰਮ ਕਰ ਦਿੰਦੇ ਨੇ, ਵਾਰ ਲਾਉਣੀ ਹੁੰਦੀ ਹੈ। ਪਰ ਆਪਾਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇਕੱਤਰ ਹੋਇਆ, ਔਰ ਜਿੱਥੇ ਮਹਾਰਾਜ ਨੂੰ ਮੀਰੀ ਪੀਰੀ ਦੇ ਮਾਲਕ ਆਖਿਆ ਜਾਂਦਾ ਉੱਥੇ ਬੰਦੀ ਛੋੜ ਦਾਤਾ ਵੀ ਆਖਿਆ ਜਾਂਦਾ। ਹੁਣ ਭਾਈ ਸਾਹਿਬ ਨੇ ਆਖਿਆ ਵੀ ਕੁਝ ਇਤਿਹਾਸਕਾਰ ਟਪਲਾ ਖਾ ਗਏ ਨੇ, ਇਕੱਲੇ ਇਤਿਹਾਸਕਾਰ ਨਹੀਂ ਟਪਲਾ ਖਾ ਗਏ, ਬਹੁਤ ਸਾਰੇ ਸਾਡੇ ਬੰਦੇ ਵੀ ਟਪਲਾ ਖਾ ਗਏ, ਜਿਹਨਾਂ ਨੇ ਇਹ ਸ਼ੱਕ ਕੀਤਾ ਕਿ ਹਰਗੋਬਿੰਦ ਮਹਾਰਾਜ ਨੇ ਹਥਿਆਰ ਧਾਰਨ ਕੀਤੇ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਇਹ ਸਿਧਾਂਤ ਮਹਾਰਾਜ ਨੇ ਇਕੱਠਾ ਕਰ ਦਿੱਤਾ ਮੀਰੀ ਤੇ ਪੀਰੀ ਦਾ, ਕਿਉਂਕਿ ਉਸ ਤੋਂ ਪਹਿਲਾਂ ਕੀ ਸੀ, ਜੇਕਰ ਜਿਹਦੇ ਹੱਥ ਦੇ ਵਿੱਚ ਤਲਵਾਰ ਹੁੰਦੀ ਸੀ ਤਾਂ ਉਹ ਜ਼ੁਲਮ ਕਰਦਾ ਸੀ, ਨਾਮ ਦੇ ਨੇੜੇ ਨਹੀਂ ਸੀ, ਪਰ ਜਿਹੜੇ ਨਾਮ ਜਪਣ ਵਾਲੇ ਸੀ ਪਹਾੜਾਂ 'ਚ ਚਲੇ ਜਾਂਦੇ ਸੀ ਡਰਦੇ ਮਾਰੇ। ਔਰ ਮਹਾਰਾਜ ਨੇ ਦੋ ਚੀਜ਼ਾਂ ਇਕੱਠੀਆਂ ਕੀਤੀਆਂ, ਕਿਉਂ ਕੀਤੀਆਂ? ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸੰਪੂਰਨਤਾ ਹੋ ਗਈ, ਕਿਉਂਕਿ ਮਹਾਰਾਜ ਨੇ ਗੁਰਬਾਣੀ ਦੀ ਸੰਪਾਦਨਾ ਕਰ ਦਿੱਤੀ ਸੀ।
ਫਿਰ ਉਹਦੀ ਰੱਖਿਆ ਵੀ ਤਾਂ ਚਾਹੀਦੀ ਸੀ। ਤੁਸੀਂ ਆਪਣੀ ਫਸਲ ਬੀਜਦੇ ਹੋ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇੱਕ ਮਿਹਨਤ ਸੀ। ਤੁਸੀਂ ਘਰ ਦੇ ਵਿੱਚ ਫਸਲ ਬੀਜਦੇ ਹੋ ਪਰ ਜਦ ਭਰਪੂਰ ਫਸਲ ਹੁੰਦੀ ਆ ਫਿਰ ਉਹਦੀ ਰਾਖੀ ਲਈ ਫਿਰ ਇੱਕ ਵਾੜ ਕਰ ਦਿੰਦੇ ਹੋ, ਕਿਉਂਕਿ ਜਿਹੜੇ ਬਾਹਰੀ ਪਸ਼ੂ ਨੇ ਉਹਨੂੰ ਉਜਾੜ ਨਾ ਦੇਣਾ। ਹਰ ਜੇਕਰ ਮਹਾਰਾਜ ਇਹ ਸਿਧਾਂਤ ਨਾ ਅਪਣਾਉਂਦੇ ਤਾਂ ਅੱਜ ਸਿੱਖ ਧਰਮ ਦੀ ਹਾਲਤ ਕਿਹੋ ਜਿਹੀ ਹੁੰਦੀ? ਅੱਜ ਜੇਕਰ ਤੁਸੀਂ ਜੰਗ ਦੀ ਗੱਲ ਕਰੋ, ਤੁਹਾਡੇ ਅੰਦਰ ਰੋਜ਼ ਇੱਕ ਜੰਗ ਹੁੰਦਾ ਰਹਿੰਦਾ, ਮਨੁੱਖ ਦੇ ਅੰਦਰ ਇੱਕ ਜੰਗ ਹੈ, ਦੁੰਦਰ ਮੱਚਿਆ ਰਹਿੰਦਾ, ਉਹ ਵਿਚਾਰਾਂ ਦਾ ਆਪਸ ਦੇ ਵਿੱਚ ਭਿੜਦੇ ਰਹਿੰਦੇ ਨੇ। ਹਨੇਰੇ ਅਤੇ ਚਾਨਣ ਦਾ ਹਮੇਸ਼ਾ ਜੰਗ ਰਿਹਾ, ਸੱਚ ਅਤੇ ਝੂਠ ਦਾ ਹਮੇਸ਼ਾ ਜੰਗ ਰਿਹਾ, ਔਰ ਮੁਹੰਮਦ ਸਾਹਿਬ ਕੁਰੈਸ਼ਾਂ ਨਾਲ ਜੰਗ ਕਰਦੇ ਰਹੇ, ਕ੍ਰਿਸ਼ਨ ਭਗਵਾਨ ਜੀ ਨੇ ਜੰਗ ਕੀਤਾ, ਭਗਵਾਨ ਰਾਮ ਚੰਦਰ ਨੇ ਜੰਗ ਕੀਤਾ, ਫਿਰ ਜੰਗ ਤੋਂ ਬਿਨਾਂ ਤਾਂ ਗੱਲ ਨਹੀਂ ਨਾ। ਹੁਣ ਜੇਕਰ ਮਹਾਰਾਜ ਨੇ ਜੰਗ ਕੀਤਾ, ਮਹਾਰਾਜ ਕਿਹੜਾ ਕਿਸੇ ਤੇ ਹਮਲਾਵਰ ਬਣ ਕੇ ਚਲੇ ਗਏ? ਜੇਕਰ ਮਹਾਰਾਜ ਨੇ ਜੰਗੀ ਬਾਣਾ ਪਹਿਨਿਆ, ਜੰਗੀ ਲਿਬਾਸ ਪਹਿਨਿਆ, 52 ਘੋੜ ਸਵਾਰ ਰੱਖੇ, ਹਥਿਆਰਬੰਦ ਫੌਜਾਂ ਕਿਤੇ ਕਿਸੇ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾ ਕੇ, ਔਰ ਜਾਂ ਕੋਈ ਕਿਸੇ ਦੀ ਪ੍ਰਾਪਰਟੀ ਦੱਬ ਲਈ ਹੈ ਜਾ ਕੇ, ਜਾਂ ਕਿਸੇ ਖਜ਼ਾਨੇ ਉੱਤੇ ਹਮਲਾ ਕੀਤਾ? ਮਹਾਰਾਜ ਨੇ ਤਾਂ ਕਿਸੇ ਉੱਤੇ ਹਮਲਾ ਨਹੀਂ ਕੀਤਾ, ਸਿਰਫ ਆਪਣੀ ਹਿਫਾਜ਼ਤ ਦੇ ਲਈ। ਤੁਸੀਂ ਆਪਣੇ ਕੋਲ ਇੱਕ ਵੈਪਨ ਰੱਖਦੇ ਹੋ, ਉਹਦੇ ਦੋਏ ਕਾਰਨ ਨੇ। ਜੇਕਰ ਤਾਂ ਤੁਸੀਂ ਹਮਲਾਵਰ ਬਣ ਕੇ ਜਾਂਦੇ ਹੋ ਫਿਰ ਤਾਂ ਕ੍ਰਾਈਮ ਦੇ ਵਿੱਚੋਂ, ਇੱਕ ਤੁਸੀਂ ਆਪਣੀ ਹਿਫਾਜ਼ਤ ਲਈ ਰੱਖਿਆ ਹੋਇਆ, ਔਰ ਜਿਹੜਾ ਆਪਣੀ ਹਿਫਾਜ਼ਤ ਦੇ ਲਈ ਰੱਖਿਆ ਦੇ ਲਈ ਤੁਸੀਂ ਹਥਿਆਰ ਚੁੱਕਿਆ ਹੈ। ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਤਲਵਾਰ ਚੱਕੀ, ਪਤਾ ਰਾਜੇ ਅਸ਼ੋਕ ਨੇ ਸੁੱਟ ਦਿੱਤੀ ਸੀ ਉਸ ਗੰਗਾ ਤੱਟ ਉੱਤੇ। ਕਿਉਂ? ਉਹ ਕਹਿੰਦਾ ਇਹਦਾ ਜ਼ੁਲਮ ਕਰਦੀ ਹੈ, ਜਿੱਥੇ ਸਾਂਖੀਆ ਅੰਮ੍ਰਿਤ ਹੈ ਉੱਥੇ ਜ਼ਹਿਰ ਵੀ ਹੈ, ਸਾਂਖੀਆ ਜ਼ਹਿਰ ਹੈ ਪਰ ਜੇ ਵਰਤਣਾ ਆ ਜਾਵੇ ਫਿਰ ਉਹ ਤੁਹਾਡੀ ਜਾਨ ਵੀ ਬਚਾਉਂਦਾ, ਅੰਮ੍ਰਿਤ ਵੀ ਹੈ। ਇਹ ਤਾਂ ਵਰਤਣ ਦਾ ਤਰੀਕਾ ਲੈਦਾ, ਆਪੋ ਆਪਣਾ ਵੱਖਰਾ ਤਰੀਕਾ। ਉਸੇ ਤੱਟ ਤੋਂ ਕਲਗੀਧਰ ਪਾਤਸ਼ਾਹ ਨੇ ਆਖਿਆ ਕਿ ਮੈਂ ਜ਼ੁਲਮ ਨੂੰ ਠੱਲ ਪਾ ਦੂੰਗਾ। ਜਿਹੜਾ ਅਸ਼ੋਕ ਕਹਿੰਦਾ ਸੀ ਕਿ ਇਹ ਜ਼ੁਲਮ ਕਰਦੀ ਹੈ, ਤਲਵਾਰ ਸੁੱਟ ਦਿੱਤੀ ਸੀ ਉਹਨੇ, ਔਰ ਮਹਾਰਾਜ ਨੇ ਉਠਾ ਲਈਆ। ਹੁਣ ਜਦੋਂ ਹਰਗੋਬਿੰਦ ਮਹਾਰਾਜ ਨੇ ਮੀਰੀ ਪੀਰੀ ਦਾ ਇਹ ਸਿਧਾਂਤ ਦੇ ਦਿੱਤਾ, ਜਿੱਥੇ ਇੱਕ ਪਾਸੇ ਅਲਾਹੀ ਬਾਣੀ ਦੀਆਂ ਧੁਨਾਂ ਦਾ ਕੀਰਤਨ ਹੁੰਦਾ ਸੀ, ਕਿਉਂਕਿ ਗੁਰਬਾਣੀ ਦੀ ਸੰਪਾਦਨਾ ਹੋ ਚੁੱਕੀ ਸੀ ਔਰ ਅਲਾਹੀ ਬਾਣੀ ਦੀਆਂ ਧੁਨਾਂ ਦਾ ਜਦ ਕੀਰਤਨ ਹੁੰਦਾ ਸੀ, ਐਨ ਟੱਕਰੇ ਉੱਤੇ ਮਹਾਰਾਜ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਇਕੱਠਿਆਂ ਕਰ ਦਿੱਤਾ। ਪਰ ਫਰਕ ਕਿੰਨਾ ਰੱਖਿਆ ਇਕੱਠਿਆਂ ਕਰਦੇ? ਦਰਬਾਰ ਸਾਹਿਬ ਦੇ ਵਿੱਚ ਹੁੰਦਾ ਹੋਵੇ ਕੀਰਤਨ, ਤੁਸੀਂ ਬੈਠੇ ਹੋਵੋ, ਅਕਾਲ ਤਖ਼ਤ ਨਜ਼ਰ ਨਹੀਂ ਆਉਂਦਾ। ਅਕਾਲ ਤਖ਼ਤ ਉੱਤੇ ਜਾਓ, ਦਰਬਾਰ ਸਾਹਿਬ ਨਜ਼ਰ ਆਊਗਾ। ਮਹਾਰਾਜ ਕਹਿੰਦੇ ਜੇਕਰ ਤੇਰੇ ਹੱਥ ਵਿੱਚ ਪ੍ਰਭੂ ਸੱਤਾ ਆ ਜਾਵੇ, ਰਾਜਨੀਤੀ ਆ ਜਾਵੇ, ਤੇਰੇ ਹੱਥ ਵਿੱਚ ਬਲ ਆ ਜਾਵੇ, ਤਾਂ ਤੈਨੂੰ ਗੁਰੂ ਜ਼ਰੂਰ ਦਿਖਣਾ ਚਾਹੀਦਾ, ਇਹ ਸਿਧਾਂਤ ਤੈਨੂੰ ਦਿਖਣਾ ਚਾਹੀਦਾ। ਔਰ ਜਿੱਥੇ ਕੀਰਤਨ ਹੁੰਦਾ ਉਹ ਤੈਨੂੰ ਦਿਸਣਾ ਚਾਹੀਦਾ, ਜਦੋਂ ਤੂੰ ਮਹਾਰਾਜ ਦੀ ਤਾਬਿਆ ਬੈਠਾ ਹੋਵੇ ਫਿਰ ਤੈਨੂੰ ਸਿਆਸਤ ਦਿਖਣੀ ਵੀ ਨਹੀਂ ਚਾਹੀਦੀ। ਦੇਖੋ ਕਿੱਡਾ ਵੱਡਾ ਸਿਧਾਂਤ ਸੀ।
ਔਰ ਫਿਰ ਉਸ ਖੁੱਲ੍ਹੇ ਅਖਾੜੇ ਵਿੱਚ ਮਹਾਰਾਜ ਕਹਿੰਦੇ ਉੱਠੋ ਜਲਾ ਦਿਓ ਮੋਮਬੱਤੀਆਂ, ਇਹ ਤਾਂ ਵਗਦੀਆਂ ਰਹਿਣੀਆਂ ਨੇ ਪੌਣਾ ਕੁ ਪੱਤੀਆਂ। ਨੇਰ ਨਾ ਸਮਝੇ ਕਿ ਚਾਨਣ ਡਰ ਗਿਆ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ, ਬਾਲੋ ਜੋਤਾਂ ਆਸ ਭਰੀਆਂ ਮਾਣ ਮੱਤੀਆਂ, ਮੰਨਿਆ ਰਾਜ ਨੇਰ ਦਾ ਹੈ ਹਠੀਲਾ, ਹਲੇ ਤਾਂ ਜਿਉਂਦਾ ਕਿਰਨਾਂ ਦਾ ਕਬੀਲਾ, ਕਾਲੇ ਸਫਿਆਂ ਤੇ ਸਤਰਾਂ ਲਾਲ ਰੱਤੀਆਂ, ਇਹ ਤਾਂ ਵਗਦੀ ਰਹਿਣੇ ਨੇ ਬਾਪ ਰੋਲੇ ਤੱਤੇ, ਪੱਤ ਚੜਾ ਨੇ ਝਾੜ ਦੇਣੇ ਨੇ ਆ ਕੇ ਪੱਤੇ, ਇਹਦਾ ਮਤਲਬ ਤੇ ਨਹੀਂ ਕਿ ਪੁੰਗਰ ਨਾ ਪੱਤੀਆਂ। ਹੁਣ ਜਦੋਂ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਸੀ ਜਿਹੜਾ ਦਿੱਤਾ, ਜਿਹੜੀ ਆਪਾਂ ਅੱਜ ਗੱਲ ਕਰਦੇ ਹਾਂ ਪ੍ਰਕਾਸ਼ ਪੁਰਬ ਤੇ, ਫਿਰ ਉਹਨਾਂ ਦਾ ਆਉਣਾ ਕਿਵੇਂ ਹੋਇਆ? ਅੱਜ ਆਗਮਨ ਪੁਰਬ ਹੈ, ਮਹਾਰਾਜ ਦਾ ਆਉਣਾ ਕਿਵੇਂ ਹੋਇਆ? ਕਿਉਂਕਿ ਉਸ ਵੇਲੇ ਜੇਕਰ ਹਰਗੋਬਿੰਦ ਮਹਾਰਾਜ ਨਾ ਆਉਂਦੇ, ਧਿਆਨ ਰੱਖਿਓ, ਤਾਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਆਉਂਦੇ, ਨਾ ਦਿੱਲੀ ਦੇ ਵਿੱਚ ਸ਼ਹਾਦਤ ਹੁੰਦੀ, ਔਰ ਨਾ ਹੀ ਹਿੰਦੁਸਤਾਨ ਦੀ ਕੋਈ ਪੱਤ ਟਕਦਾ, ਫਿਰ ਨਾ ਕਲਗੀਧਰ ਪਾਤਸ਼ਾਹ ਹੁੰਦੇ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜੀ ਮੋਹਰ ਕਲਗੀਧਰ ਪਾਤਸ਼ਾਹ ਨੇ ਲਾ ਦਿੱਤੀ ਸ਼ਬਦ ਦੀ, ਫਿਰ ਤੁਸੀਂ ਇੱਥੇ ਤੱਕ ਨਹੀਂ ਸੀ ਪਹੁੰਚਦੇ, ਫਿਰ ਪਿਰਥੀ ਚੰਦ ਦੇ ਡੇਰੇ ਦੇ ਵਿੱਚ ਜਾਇਆ ਕਰਦੇ। ਡੇਰੇ ਹੁਣ ਵੀ ਬੜੇ ਨੇ, ਤੁਹਾਡੀ ਆਦਤ ਨਹੀਂ ਹਟਦੀ ਉਹਨਾਂ ਵੱਲ ਜਾਣ ਦੀ, ਕਿਉਂਕਿ ਕਹਿੰਦੇ ਸੰਸਾਰ ਦੇ ਵਿੱਚ ਕੁਝ ਚੀਜ਼ਾਂ ਸਵਾਦਲੀਆਂ ਨੇ ਜਿਨ੍ਹਾਂ ਤੋਂ ਡਾਕਟਰ ਰੋਕਦਾ ਰਹਿੰਦਾ ਹੈ, ਪਰ ਮਨੁੱਖ ਦਾ ਮਨ ਸਵਾਦਲੀ ਚੀਜ਼ ਵੱਲ ਭੱਜਦਾ ਰਹਿੰਦਾ। ਡਾਕਟਰ ਰੋਕਦਾ ਰਹੂਗਾ ਵੀ ਤੇਰੀ ਸਿਹਤ ਲਈ ਇਹ ਚੀਜ਼ਾਂ ਹਾਨੀਕਾਰਕ ਨੇ, ਪਰ ਮਨੁੱਖ ਦਾ ਮਨ ਉਧਰ ਨੂੰ ਭੱਜਦਾ ਜਾਊਗਾ, ਔਰ ਜਿਹੜੀਆਂ ਸਵਾਦਲੀਆਂ ਨਹੀਂ ਉਹ ਤੁਹਾਡੀ ਸਿਹਤ ਲਈ ਬੜੀਆਂ ਫਾਇਦੇਮੰਦ ਨੇ, ਪਰ ਉਹਨਾਂ ਤੋਂ ਤੁਸੀਂ ਪਾਸਾ ਵੱਟ ਜਾਂਦੇ ਹੋ, ਇਨਕਾਰਾ ਕਰ ਦਿੰਦਾ ਮਨੁੱਖ। ਬੜੀਆਂ ਉਦਾਹਰਨ ਦੇ ਤੌਰ ਤੇ ਇੱਕ ਬਿੱਲ ਹੈ, ਔਰ ਉਹਦੇ ਵਿੱਚ ਅਨੇਕਾਂ ਗੁਣ ਨੇ, ਕਿਸੇ ਨੂੰ ਫੜਾ ਦਿਓ ਜੇ ਬਿੱਲ ਖਾਵੇ, ਉਹ ਕਹੂਗਾ ਤਾਂ ਹੱਥ ਲਬੇੜਦੇ ਨੇ, ਮੂੰਹ ਲਬੇੜਤਾ ਕਦੇ ਨਹੀਂ ਖਾਊਗਾ, ਛੱਡ ਦਊਗਾ। ਔਰ ਇਹੀ ਕਾਰਨ ਹੈ ਮਨੁੱਖ ਦੀ ਵਿਰਤੀ ਸੀ ਜਿਹੜੀ ਉਹ ਵਿਕਾਰਾਂ ਵੱਲ ਨੂੰ ਦੌੜਦੀ ਸੀ। ਹੁਣ ਜੇਕਰ ਉਹ ਸਮਾਂ ਹਰਗੋਬਿੰਦ ਮਹਾਰਾਜ ਨੇ, ਇਹ ਨਹੀਂ ਕਿ ਹਰਗੋਬਿੰਦ ਮਹਾਰਾਜ ਨੇ ਸੰਭਾਲ ਲਿਆ, ਇਹ ਤਾਂ ਹੁਕਮ ਸੀ, ਅਕਾਲ ਪੁਰਖ ਦਾ ਹੁਕਮ ਸੀ, ਕਿਉਂਕਿ ਪਿਰਤੀ ਚੰਦ ਸੀ, ਮਹਾਦੇਵ ਸੀ, ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਗਈ। ਹੁਣ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਹਰਗੋਬਿੰਦ ਮਹਾਰਾਜ ਨੇ ਆਉਣਾ ਸੀ, ਤਾਂ ਉਹਦੇ ਵਿੱਚ ਆਪਣੀਆਂ ਦੋ ਵਿਚਾਰਾਂ ਕਿ ਪਿਰਥੀ ਚੰਦ ਦੀ ਘਰਵਾਲੀ ਮਿਹਣੇ ਮਾਰਦੀ ਸੀ, ਔਰ ਉਸ ਵੇਲੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਗੁਰਤਾ ਗੱਦੀ ਸੰਭਾਲਣ ਵਾਲਾ ਕੋਈ ਚਾਹੀਦਾ, ਔਰ ਫਿਰ ਮਹਾਰਾਜ ਕਹਿੰਦੇ ਸਾਡੇ ਵਸ ਨਹੀਂ, ਬਾਬਾ ਬੁੱਢਾ ਜੀ ਦੇ ਕੋਲੇ ਜਾਓ। ਹੁਣ ਬਾਬਾ ਬੁੱਢਾ ਜੀ ਦੇ ਕੋਲ ਗਏ, ਫਿਰ ਕੀ ਵਰ ਦਿੱਤਾ ਸੀ ਉਸ ਸਮੇਂ, ਜਿਹੜਾ ਆਪਾਂ ਕਹਿੰਦੇ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ। ਔਰ ਜਿਹੜਾ ਆਪਾਂ ਦੂਸਰਾ ਸਿਧਾਂਤ ਢਾਡੀਆਂ ਦੀ ਗੱਲ ਕੀਤੀ ਸੀ ਨਾ, ਉਸ ਵੇਲੇ ਢਾਡੀਆਂ ਨੇ ਵਾਰ ਪੜੀ ਸੀ, ਸੱਚਾ ਤਖਤ ਸਹਾਇਓ ਸ੍ਰੀ ਗੁਰੂ ਪਾਏ ਕੇ, ਸ਼ਬ ਵਰਨੀ ਨਾ ਜਾਏ ਕਹੂੰ ਕਹਿ ਗਏ ਕੇ, ਰਬ ਸਸ ਭੈ ਮਲੀਨ ਸੋ ਦਰਸ ਦਿਖਾਏ ਕੇ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਤੇ ਆਏ ਕੇ। ਫਿਰ ਆਖਿਆ ਸੀ ਦੋ ਤਲਵਾਰੀ ਬੱਧੀਆਂ, ਜਿਹੜਾ ਤੁਸੀਂ ਸੁਣਿਆ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਕਜਮਤ ਦੀ, ਕਰਾਜ ਦੀ, ਕਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਵਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਉੱਥੇ ਜਹਾਂਗੀਰ ਬਾਦਸ਼ਾਹ ਇਹ ਗੱਲ ਆਖਦਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਲਾਇਆ ਹੋਇਆ ਬੂਟਾ ਸਾੜ ਦਿੱਤਾ, ਪਰ ਹਰਗੋਬਿੰਦ ਮਹਾਰਾਜ ਨੇ ਭਗਤੀ ਅਤੇ ਸ਼ਕਤੀ ਦੀਆਂ ਦੋ ਸਟੀਲੀ ਬਾਹਾਂ ਤਾਣ ਦਿੱਤੀਆਂ।
ਔਰ ਫਿਰ ਉਸ ਸਮੇਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਕਿ ਤੇਰੀ ਕੁੱਖ ਤੋਂ ਤੇਰੇ ਘਰੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਆ ਭੰਨ ਕੇ ਗੰਢਾ ਐ ਮੁਗਲਾਂ ਦਾ ਸਿਰ ਫਿਣ ਦੇ ਲਈ, ਜ਼ੁਲਮ ਦਾ ਨਾਸ਼ ਕਰਨ ਦੇ ਲਈ ਪੁੱਤਰ ਪੈਦਾ ਹੋਊਗਾ, ਉਹਦਾ ਨਾਮ ਸੀ ਦਲ ਪੰਜਨ ਗੁਰ ਸੂਰਮਾ ਬੜ ਜੋਧਾ। ਬਹੁ ਪਰ ਉਪਕਾਰੀ ਉਸ ਦੀ ਆਮਦ ਦੇ ਵਿੱਚ ਆਪਾਂ ਇਕੱਤਰ ਹੋਇਆ ਢਾਡੀ ਜਥਾ ਕਵਤਾ ਹੀ ਕਿਉਂ ਮਾਲੀ ਹਿੰਦ
ਕਸ਼ਟ ਨਿਵਾਰਨ ਆ ਗਏ ਰੱਖੇ ਗਊ ਗਰੀਬਾਂ ਦੇ, ਕਸ਼ਟ ਨਿਵਾਰਨ ਆ ਗਏ ਰੱਖੇ ਗਊ ਗਰੀਬਾਂ ਦੇ। ਬਲੀ ਚੁੱਕਣਗੇ ਮੂਰੇ ਜਿੰਨਾ ਦੀ ਬਲਬੀਰੀ ਦੇ, ਪ੍ਰਗਟ ਹੋਏ ਸਤਿਗੁਰ ਮਾਲਕ ਮੀਰੀ ਪੀਰੀ ਦੇ, ਪ੍ਰਗਟ ਹੋਏ ਸਤਿਗੁਰ ਮਾਲਕ ਮੀਰੀ ਪੀਰੀ ਦੇ। ਓ ਦੇਵਤਿਆਂ ਨੇ ਅਰਸ਼ਾ ਸਿਧਾਂਤ ਦਾ ਪ੍ਰਤੀਕਰਮ ਕੀ ਹੋਇਆ।
ਮਹਾਰਾਜ ਨੇ ਉਹ ਯੋਧੇ ਪੈਦਾ ਕੀਤੇ ਜਿਹੜੇ ਐ ਫੜ ਕੇ ਰੁਪਈਆ ਮਸਲ ਦਿਆ ਕਰਦੇ ਸੀ। ਇਹੋ ਜਿਹੇ ਯੋਧੇ ਪੈਦਾ ਕੀਤੇ, ਉਹ ਭਲਵਾਨ ਪੈਦਾ ਕੀਤੇ ਜਿਹੜੇ ਸਣੇ ਸਵਾਰ ਘੋੜਾ ਚੱਕਦੇ।